ਕਿੰਨੀਆਂ ਵਿਦਿਆ ਨੇ ਸੰਸਾਰ ਵਿੱਚ, ਜੋਤਿਸ਼ ਹੈ, ਹੱਥਾਂ ਦੀਆਂ ਰੇਖਾਵਾਂ ਨੇ। ਲੋਕ ਇੱਥੋਂ ਸਿੱਧ ਕਰ ਦਿੰਦੇ ਵੀ ਇੰਨੇ ਸਾਲਾਂ ਬਾਅਦ ਇਹ ਹੋਵੇਗਾ, ਇਹ ਤੇਰੇ ਭਾਗਾਂ ਵਿੱਚ ਲਿਖਿਆ ਹੋਇਆ, ਤੇਰੀਆਂ ਰੇਖਾਵਾਂ ਦੱਸ ਰਹੀਆਂ, ਇਹ ਵਾਸਤੂ ਸ਼ਾਸਤਰ ਦੱਸ ਰਿਹਾ ਵੀ ਤੇਰੇ ਘਰ ਦਾ ਮੂੰਹ ਇੱਧਰ ਨੂੰ ਹੈ। ਇਹ ਛੋਟੀ ਜਿਹੜੀ ਗੱਲ ਸੀ, ਪਰ ਕੀ ਪਤਾ ਕੋਈ ਉਹ ਵੀ ਹੈ ਜਿਹਨੇ ਪਹਿਲਾਂ ਰੇਖਾਵਾਂ ਲਿਖੀਆਂ ਸਨ, ਅੱਜ ਵੀ ਉਹ ਕਲਮ ਉਹਦੇ ਕੋਲ ਹੈ। ਜਦੋਂ ਪਹਿਲੀਆਂ ਰੇਖਾਵਾਂ ਉਹਨੇ ਪਾਈਆਂ ਸਨ ਨਾ ਹੱਥ ਤੇ, ਲਕੀਰਾਂ ਖਿੱਚੀਆਂ ਸਨ ਕਿਸਮਤ ਦੀਆਂ ਤੇ ਜੋਤਿਸ਼ ਨੇ ਦੱਸ ਦਿੱਤੀਆਂ। ਉਹ ਜਿਹਨੇ ਪਹਿਲਾਂ ਤੇਰੇ ਹੱਥ ਤੇ ਲਕੀਰਾਂ ਖਿੱਚੀਆਂ ਸਨ, ਉਹ ਹੀ ਕਲਮ ਅੱਜ ਵੀ ਉਹਦੇ ਕੋਲ ਹੈ। ਜੇ ਉਹਨੇ ਪਹਿਲਾਂ ਇੱਧਰ ਦੀਆਂ ਲਕੀਰਾਂ ਪਾਈਆਂ ਹਨ, ਜਿਹਦੇ ਵਿੱਚ ਆਪਾਂ ਕਹਿੰਦੇ ਹਾਂ ਕਿਸਮਤ ਬੜੀ ਮਾੜੀ ਹੈ, ਤੇ ਉਹਦੇ ਕੋਲ ਅੱਜ ਸ਼ਕਤੀ ਹੈ ਵੀ ਉਹਨਾਂ ਲਕੀਰਾਂ ਨੂੰ ਮੇਟ ਕੇ ਦੂਜੇ ਪਾਸੇ ਦੀਆਂ ਵੀ ਵਾ ਸਕਦਾ ਹੈ। ਇਸ ਕਰਕੇ ਗੁਰਮਤ ਨੇ ਇਹਨਾਂ ਗੱਲਾਂ ਨੂੰ ਛੋਟੀਆਂ ਕਹਿ ਦਿੱਤਾ। ਅਸੀਂ ਕਈ ਵਾਰੀ ਕਹਿੰਦੇ ਗੱਲਾਂ ਹੁੰਦੀਆਂ ਨੇ ਕਿ ਨਹੀਂ ਹੁੰਦੀਆਂ, ਹੁੰਦੀਆਂ ਹੋਣਗੀਆਂ, ਪਰ ਰੱਬ ਅੱਗੇ ਛੋਟੀਆਂ ਰਹਿ ਗਈਆਂ, ਬਦਲ ਸਕਦਾ ਹੈ। ਗੁਰੂ ਸਾਹਿਬ ਨੇ ਕਿਹਾ ਤੂੰ ਉਹਦੇ ਨਾਲ ਜੁੜ ਜਿਹੜਾ ਬਦਲਦਾ ਹੈ, ਤੂੰ ਲਿਖੀਆਂ ਨਾਲ ਕਿਉਂ ਜੁੜਨਾ ਹੈ? ਇਹ ਤਾਂ ਲਿਖ ਦਿੱਤੀਆਂ ਤੇ ਲਿਖੀਆਂ ਸਨ ਉਹਨੇ, ਚਲੋ ਕੋਈ ਤੰਤਰ ਕੋਈ ਵਿਗਿਆਨ ਦੱਸ ਦੇਗਾ ਵੀ ਤੇਰੀਆਂ ਰੇਖਾਵਾਂ ਇੱਧਰ ਦੀਆਂ ਨੇ, ਹੋ ਸਕਦਾ। ਪਰ ਤੈਨੂੰ ਇਹ ਪਤਾ ਹੋਣਾ ਚਾਹੀਦਾ ਜਿਹਦਾ ਤੂੰ ਉਪਾਸ਼ਕ ਹੈ ਉਹ ਹੈੱਡ ਹੈ, ਸੁਪਰ ਪਾਵਰ ਹੈ, ਮੇਟ ਸਕਦਾ, ਜਿਹੜਾ ਕਾਨੂੰਨ ਬਣਾ ਸਕਦਾ ਤੋੜ ਕੇ ਫਿਰ ਵੀ ਬਣਾ ਸਕਦਾ ਹੈ, ਬਦਲ ਵੀ ਸਕਦਾ, ਉਹਦੇ ਵਿੱਚ ਸਮਰੱਥਾ ਹੈ। ਜੇ ਵਾਸਤੂ ਸ਼ਾਸਤਰ ਦੱਸਦਾ ਦਰਵਾਜ਼ਾ ਇੱਧਰ ਦਾ ਤੇ ਰੱਬ ਇੰਨਾ ਬੇਅੰਤ ਉਹ ਤੇ ਸਾਰੀ ਧਰਤੀ ਦਾ ਮੂੰਹ ਹੀ ਮੋੜ ਕੇ ਰੱਖ ਦੇਗਾ, ਦੂਸਰੇ ਪਾਸੇ ਕਰਦਾ, ਤੈਨੂੰ ਕੀ ਪਤਾ ਹੈ ਕਿੱਧਰ ਦਾ ਕਰ ਦੇਗਾ। ਜਦੋਂ ਉਹਨੇ ਜੋ ਕੁਝ ਕਰਨਾ ਉਹਨੂੰ ਕਰ ਹੀ ਦੇਣਾ ਹੈ। ਇਸ ਕਰਕੇ ਗੁਰਬਾਣੀ ਵਿੱਚ ਉਹਨੂੰ ਕਿਹਾ ਸਰਬ ਕਲਾ ਭਰਪੂਰ ਦਿਸੈ ਜਤ ਕਥਾ। ਇਹ ਕਲਾ ਨੇ ਨਾ ਸਾਰੀਆਂ, ਕਿੰਨੇ ਕਿੰਨੀਆਂ ਵਿਦਿਆਵਾਂ ਨੇ, ਸਾਰੀਆਂ ਕਲਾ ਹਨ। ਇਸ ਕਰਕੇ ਗੁਰਸਿੱਖ ਦੀ ਆਸਥਾ ਨਹੀਂ ਜੰਮਦੀ ਇਹਨਾਂ ਚੀਜ਼ਾਂ ਦੇ ਉੱਤੇ, ਤੇ ਜੇ ਗੁਰਸਿੱਖ ਨੂੰ ਗੁਰਬਾਣੀ ਨਾਲੋਂ ਜੋਤਿਸ਼ ਵੱਡੀ ਲੱਗਦੀ ਏ, ਇਹ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ ਨਹੀਂ, ਇਹਦੇ ਅੰਦਰ ਕੋਈ ਕਚਿਆਈ ਹੈ। ਫਿਰ ਸਾਡਾ ਸਵਾਲ ਇਹ ਵੀ ਹੈ ਕਿ ਨਹੀਂ, ਹੋ ਸਕਦੀ ਏ ਲੋਕਾਂ ਵਾਸਤੇ? ਅਸੀਂ ਇਹ ਵੀ ਕੋਈ ਵਿੱਚ ਅੜੀ ਨਹੀਂ ਕਰਨੀ ਵੀ ਇਹ ਨਹੀਂ ਹੋ ਸਕਦਾ, ਹੋ ਸਕਦਾ ਹੋਵੇਗਾ, ਚੱਲ ਸਕਦਾ, ਪਰ ਮੇਰਾ ਗੁਰੂ ਤੇ ਰੱਬ ਇੰਨਾ ਸਮਰੱਥ ਹੈ ਜੋ ਸਰਬ ਕਲਾ ਭਰਪੂਰ ਉਹ ਕਰ ਸਕਦਾ, ਬਦਲ ਵੀ ਸਕਦਾ। ਇਸ ਕਰਕੇ ਵੱਡੀਆਂ ਵੱਡੀਆਂ ਗੱਲਾਂ ਜਿਹੜੀਆਂ ਲੋਕ ਕਰਦੇ ਸਨ, ਇਸ ਤਰ੍ਹਾਂ ਕਰਨਾ ਮੈਂ ਅੰਜ ਕਰਾਂਗਾ, ਸਾਰੀਆਂ ਉਹਨੇ ਤੋੜ ਕੇ ਰੱਖ ਦਿੱਤੀਆਂ ਵਿੱਚੇ, ਸਭ ਭਵਿੱਖਬਾਣੀਆਂ ਇਕੱਠੀਆਂ ਕਰ ਦਿੱਤੀਆਂ ਇੱਕੋ ਥਾਂ ਤੇ, ਨਹੀਂ ਚੱਲਦੀਆਂ। ਬੜਾ ਮਹਾਨ ਹੈ, ਬੜਾ ਬੇਅੰਤ।